ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਗਿੰਦਰ ਸਿੰਘ ਬਰਾੜ ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਮੌਸਮ ਬਾਰੇ ਅ 26 ਤੋਂ ਲੈ ਕੇ ਤੇ 29 April ਤੱਕ ਕਿਉਂਕਿ 26 ਤੇ 27 ਤਰੀਕ ਨੂੰ ਜਿਹੜਾ ਹੈਗਾ ਪੰਜਾਬ ਦੇ ਮਾਲਵਾ ਮਾਝਾ ਤੇ ਦੁਆਬਾ ਏਰੀਆ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜਾ orange alert ਜਾਰੀ ਕੀਤਾ ਹੈ Indian Meteorological Department ਚੰਡੀਗੜ੍ਹ ਵੱਲੋਂ ਅੱਜ ਦੁਪਹਿਰੇ ਜਿਹੜੀ ਪੁਵਕ ਬਾਣੀ ਜਾਰੀ ਕੀਤੀ ਗਈ ਹੈ ਫੋਰਕਾਸਟ ਜਾਰੀ ਕੀਤੀ ਗਈ ਹੈ ਉਹਦੇ ਵਿੱਚ ਜਿਹੜੀ ਸੰਭਾਵਨਾ ਜਤਾਈ ਗਈ ਹੈ ਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਗੜੇਮਾਰੀ ਝੱਖੜ ਦੀ ਸੰਭਾਵਨਾ ਹੈਗੀ ਹੈ ਸੋ ਆਪਾਂ ਜ਼ਿਲ੍ਹੇ ਵਾਈਜ਼ ਗੱਲ ਕਰਦੇ ਹਾਂ ਏਰੀਆ ਵਾਈਜ਼ ਗੱਲ ਕਰਦੇ ਹਾਂ ਪੂਰਬੀ ਮਾਲਵਾ ਦੀ ਆਪਾਂ ਗੱਲ ਕਰੀਏ ਕਿਸਾਨ ਵੀਰੋ ਪੂਰਬੀ ਮਾਲਵਾ ਦੇ ਲੁਧਿਆਣਾ ਫਤਿਹਗੜ੍ਹ ਸਾਹਿਬ ਰੋਪੜ ਪਟਿਆਲਾ ਤੇ ਮੋਹਾਲੀ ਜ਼ਿਲ੍ਹਿਆਂ ਦੇ ਵਿੱਚ 26 ਅਪ੍ਰੈਲ ਨੂੰ ਜਿਹੜਾ orange alert ਜਾਰੀ ਹੈ ਮਤਲਬ ਕਿ ਜਿਹੜੀ ਹੈਗੀ ਹੈ ਹਲਕੀ ਤੋਂ ਦਰਮਿਆਨੀ بارش ਗਰਜ ਚਮਕ ਨਾਲ ਜਿਹੜੀ ਗੜੇਮਾਰੀ ਦੀ ਸੰਭਾਵਨਾ ਤੋਂ ਮਨਕਾਰ ਨਹੀਂ ਕਰ ਸਕਦੇ ਗੜੇਮਾਰੀ ਵੀ ਹੋ ਸਕਦੀ ਹੈ ਤੇ ਤੇਜ਼ ਹਵਾਵਾਂ ਜਿਹੜੀਆਂ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਬਰਨਾਲਾ ਮਾਨਸਾ ਤੇ ਸੰਗਰੂਰ ਲਈ ਜਿਹੜਾ ਹੈਗਾ yellow alert ਆ ਮਤਲਬ ਕਿ ਇਹਦੇ ਵਿੱਚ ਜਿਹੜਾ ਮੌਸਮ ਖਰਾਬ ਹੋਣ ਦੀ ਸੰਭਾਵਨਾ ਦੂਜੀਆਂ ਜ਼ਿਲ੍ਹਿਆਂ ਦੇ ਮੁਕਾਬਲੇ ਘੱਟ ਹੈ ਤੇ 27 ਅਪ੍ਰੈਲ ਨੂੰ ਮਾਨਸਾ ਜ਼ਿਲ੍ਹੇ ਨੂੰ ਛੱਡ ਕੇ ਬਾਕੀ ਲੁਧਿਆਣਾ ਬਰਨਾਲਾ ਸੰਗਰੂਰ ਫਤਿਹਗੜ੍ਹ ਸਾਹਿਬ ਰੋਪੜ ਪਟਿਆਲਾ ਤੇ ਮੋਹਾਲੀ ਜ਼ਿਲ੍ਹਿਆਂ ਲਈ ਜਿਹੜਾ ਯੈਲੋ ਅਲਰਟ ਜਾਰੀ ਕੀਤਾ ਗਿਆ ਮਗਰ ਮਤਲਬ ਕਿ ਕੱਲ ਨੂੰ ਦੁਬਾਰਾ ਜਿਹੜੀ ਅਪਡੇਟ ਨਵੀਂ ਦਿੱਤੀ ਜਾਊਗੀ ਪਰ ਮੌਸਮ ਖਰਾਬ ਹੋਣ ਦੀ ਸੰਭਾਵਨਾ ਜਿਹੜੀ 25 ਤੋਂ 50% ਹੈਗੀ ਆ ਪੱਛਮੀ ਮਾਲਵਾ ਦੀ ਜੇ ਆਪਾਂ ਗੱਲ ਕਰੀਏ ਕਿਸਾਨ ਵੀਰੋ ਪੱਛਮੀ ਮਾਲਵਾ ਦੇ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ੍ਰੀ ਮੁਕਸਰ ਸਾਹਿਬ ਮੋਗਾ ਤੇ ਬਠਿੰਡਾ ਜ਼ਿਲ੍ਹਿਆਂ ਦੇ ਵਿੱਚ 26 ਅਪ੍ਰੈਲ ਵਾਸਤੇ ਯੈਲੋ ਅਲਰਟ ਹੈ ਮਤਲਬ ਕਿ ਕੱਲ ਤਾਈਂ ਮੌਸਮ ਖਰਾਬ ਹੋ ਸਕਦਾ ਹੈ ਤੇ ਕੱਲ ਦੁਪਹਿਰ ਤਾਈਂ ਨਵੀਂ ਅਪਡੇਟ ਜਾਰੀ ਕੀਤੀ ਜਾਊਗੀ yellow alert ਹੈਗਾ ਤੇ 27 ਅਪ੍ਰੈਲ ਨੂੰ ਮੋਗਾ ਡਿਸਟ੍ਰਿਕਟ ਨੂੰ ਛੱਡ ਕੇ ਬਾਕੀ ਜਿਲ੍ਹਿਆਂ ਦੇ ਵਿੱਚ ਫਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸ੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਜਿਲ੍ਹਿਆਂ ਦੇ ਵਿੱਚ ਵੀ ਮੌਸਮ ਖਰਾਬ ਹੋਣ ਦੀ ਸੰਭਾਵਨਾ ਹੈਗੀ ਮਤਲਬ ਕਿ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਇਸ ਤੋਂ ਇਲਾਵਾ ਜੇ ਆਪਾਂ ਕਿਸਾਨਵਰੀ ਉਹ ਗੱਲ ਕਰੀਏ ਮੱਝ ਏਰੀਆ ਦੀ ਮੱਝ ਏਰੀਆ ਦੇ ਜਿਹੜੇ ਚਾਰ ਡਿਸਟ੍ਰਿਕਟ ਨੇ ਜਿਹਦੇ ਵਿੱਚ ਪਠਾਨਕੋਟ ਗਰਦਾਸਪੁਰ ਸ਼੍ਰੀ ਅਮਰਸਰ ਸਾਹਿਬ ਤੇ ਤਰਨਤਾਰਨ ਇੰਨਾ ਜੋ ਜਿਹੜੇ ਦੋ ਜ਼ਿਲ੍ਹੇ ਆ ਪਠਾਨਕੋਟ ਤੇ ਗਰਦਾਸਪੁਰ ਜ਼ਿਲ੍ਹਿਆਂ ਦੇ ਵਿੱਚ ਕਿਸਾਨ ਵੀਰੋਂ orange alert ਜਾਰੀ ਆ ਮਤਲਬ ਕਿ ਇੱਥੇ ਜਿਹੜੀ ਹੈਗੀ ਆ ਚੱਖੜ ਤੇ ਗੜੇਮਾਰੀ ਹੋ ਸਕਦੀ ਹੈ ਸੰਭਾਵਨਾ ਜਤਾਈ ਗਈ ਹੈ ਤੇ ਨਾਲ ਜਿਹੜੀਆਂ ਹੈਗੀਆਂ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤੇ ਅਮਰਸਰ ਸਾਹਿਬ ਤੇ ਤਰਨਤਾਰਨ ਵਾਸਤੇ ਜਿਹੜਾ yellow alert ਹੈ ਮੌਸਮ ਖਰਾਬ ਹੋ ਸਕਦਾ ਹੈ ਕੱਲ ਤਾਈਂ ਜਿਹੜੀ ਹੈਗੀ ਆ ਨਵੀਂ ਅਪਡੇਟ ਦਿੱਤੀ ਜਾਊਗੀ 27 April واسطے ਜਿਹੜਾ ਪਠਾਨਕੋਟ ਗੁਰਦਾਸਪੁਰ ਸ੍ਰੀ ਅਮਰਸਾਹਬ ਤੇ ਤਰਨਤਾਰਨ ਚਾਰਾਂ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਯੈਰੋ ਅਲਰਟ ਹੈ ਮਤਲਬ ਕਿ 27 April ਤੱਕ ਜਿਹੜਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਮੌਸਮ ਹੈ ਜਿਹੜਾ ਉਹ ਖਰਾਬ ਰਹਿ ਸਕਦਾ ਜੇ ਆਪਾਂ ਗੱਲ ਕਰੀਏ ਕਿਸਾਨ ਵੀਰੋ ਦੁਆਬਾ ਏਰੀਆ ਦੀ ਦੁਆਬਾ ਏਰੀਆ ਦੇ ਵਿੱਚ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਔਰੇਂਜ ਅਲਰਟ ਜਾਰੀ ਹੈ ਕੱਲ ਜਿਹੜਾ ਮੌਸਮ ਖਰਾਬ ਹੋ ਸਕਦਾ ਜਿਸ ਦੇ ਵਿੱਚ ਝੱਖੜ ਤੇ ਤੇਜ਼ ਝੱਖੜ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਨਾਲ ਜਿਹੜੀ ਹੈਗੀ ਹੈ ਗੜੇਮਾਰੀ ਦੀ ਸੰਭਾਵਨਾ ਵੀ ਜਿਹੜੀ ਹੈਗੀ ਹੈ ਦਸੀ ਗਈ ਹੈ ਤੇ ਕਪੂਰਥੜਾ ਤੇ ਜਲੰਧਰ ਜ਼ਿਲ੍ਹਿਆਂ ਵਾਸਤੇ ਕਿਸਾਨ ਵੀਰੋ ਜਿਹੜਾ yellow alert ਜਾਰੀ ਕੀਤਾ ਗਿਆ ਕੱਲ ਤਾਈਂ ਨਵੀਂ ਅਪਡੇਟ ਜਿਹੜੀ ਦੁਪਹਿਰ ਤਾਈਂ ਹੋਊਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ 27 April ਵਾਸਤੇ ਦੁਆਬੇ ਦੇ ਜਿਹੜੇ ਚਾਰੇ ਜ਼ਿਲ੍ਹੇ ਹਿਆਰਪੁਰ ਨਵਾਂ ਸ਼ਹਿਰ ਕਪੂਰਥੜਾ ਤੇ ਜਲੰਧਰ ਜ਼ਿਲ੍ਹਿਆਂ ਵਾਸਤੇ yellow alert ਹੈ ਮਤਲਬ ਕਿ ਮੌਸਮ ਖਰਾਬ ਹੋਣ ਦੀ ਸੰਭਾਵਨਾ ਹੈਗੀ ਹੈ ਇਸ ਲਈ ਜਿਹੜਾ ਕਿਸਾਨ ਵੀਰਾਂ ਨੂੰ ਜਿਹੜਾ ਇਹੀ ਸਲਾਹ ਹੈਗੀ ਹੈ ਕਿ 26 ਤੇ 27 ਤਰੀਕ ਨੂੰ ਜੇ ਤੁਸੀਂ ਕੋਈ ਕਿਸੇ ਕਿਸਮ ਦਾ ਜਿਹੜਾ ਖੇਤੀਬਾੜੀ ਨਾਲ ਸੰਬੰਧਤ ਮਤਲਬ ਜੇ ਕੋਈ ਕੋਈ ਫਸਲ ਬੀਜਣੀ ਹੈ ਜਿਹਦੇ ਵਿੱਚ ਕੋਈ ਮੂੰਗੀ ਜਾਂ ਜਿਹੜੀ ਨਰਮਿਕ ਪਾਦੀ ਫਸਲ ਦੀ ਬਿਜਾਈ ਕਰਨੀ ਹੈ ਉਹ ਦੋ ਦਿਨ ਮੌਸਮ ਦੇਖ ਕੇ ਆਪਾਂ ਕਰ ਸਕਦੇ ਹੈਗੇ ਆ ਅ ਇਸ ਤੋਂ ਇਲਾਵਾ ਜਿਹੜੀ ਕੋਈ ਨਵੀਂ ਅਪਡੇਟ ਹੋਊਗੀ ਕੋਈ ਨਵੀਂ ਜਾਣਕਾਰੀ ਉਹ ਕੱਲ ਤਾਂ ਹੀ ਜਿਹੜੀ ਜਾਰੀ ਕੀਤੀ ਜਾ ਉਹ ਮਤਲਬ ਕਿ ਆਉਣ ਵਾਲੇ ਜਿਹੜੇ ਹੈਗੇ 24 ਤੋਂ 48 ਘੰਟਿਆਂ ਦੇ ਵਿੱਚ ਪੰਜਾਬ ਦੇ ਜਿਹੜੇ ਇਹ ਵੱਖ-ਵੱਖ ਹਿੱਸਿਆਂ ਦੇ ਵਿੱਚ ਮੌਸਮ ਖਰਾਬ ਹੋਣ ਦੀ ਸੰਭਾਵਨਾ ਮੌਸਮ ਭਾਗ ਵੱਲੋਂ ਜਿਹੜੀ ਹੈਗੀ ਹੈ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਆਉਣ ਵਾਲੇ 24 ਤੋਂ 48 ਘੰਟਿਆਂ ਵਿੱਚ ਪੰਜਾਬ ਦੇ ਵਿੱਚ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਹਨੇਰੀ ਚਖੜ ਗੜੇ ਮਾਰੀ ਹਲਕੀ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈਗੀ ਵੀਡੀਓ ਵੱਧ ਤੋਂ ਵੱਧ ਕਿਸਾਨ ਵੀ ਇਹਨਾਂ ਸ਼ੇਅਰ ਕਰ ਦਿਓ ਤੁਹਾਡਾ ਬਹੁਤ